ਭਾਜੀ ਇਦਾਂ ਵੀ ਅਸੀਂ ਬੈਠੇ ਸੀ ਚਾਹ ਪੀਣ ਦੇ ਸੀ ਤੇ ਉਹ ਆਏ ਨਸ਼ਹਿਰੇ ਵਾਲੇ ਸਿੱਧੀਆਂ ਆਣ ਕੇ ਗੋਲੀਆਂ ਮਾਰਨ ਲੱਗ ਗਏ ਅਸੀਂ ਤੇ ਭੱਜ ਕੇ ਵਾਹੇ ਜਾਣ ਬਜਾਈ ਗੱਲਬਾਤ ਕੇ ਅੰਦਰ ਚਾਹ ਪੀਣ ਦੇ ਮੈਂ ਹੀ ਪ੍ਰਿੰਸ ਦੇ ਜਸ਼ਨ ਬੈਠੇ ਸੀ ਬਾਹਰੋਂ ਆਏ ਅਨੁਪਚਾਤੀ ਬੰਦੇ 7-8 ਜਣੇ ਸੀ ਆਉਂਦੇ ਵੇਲੇ ਬਾਪੂ ਨੂੰ ਧੱਕੇ ਮਾਰੇ ਕਿੱਥੇ ਵੱਡੇ ਬਲਵਾਸ਼ ਫਿਰ ਉਹਨਾਂ ਨੇ ਫਾਇਰ ਕੱਢੇ ਗੋਲੀਆਂ ਚਲਾਈਆਂ ਵਿਹੜੇ 'ਚ ਪਈਆਂ ਫਿਰ ਸਾਡੇ ਆ ਕੇ ਗਲ ਪੈ ਗਏ ਬੁੜੀਆਂ ਸਾਡੀਆਂ ਵੀ ਇੱਥੇ ਵਿਚਾਰੀਆਂ ਮਹਾਂ ਵੱਜੀਆਂ ਵਾਈ ਫਾਇਰ ਕੀਤੇ ਨਾ ਸਿੱਧੀਆਂ ਗੋਲੀਆਂ ਮਾਰੀਆਂ ਹੋਵੇ ਉੱਦਾਂ ਰੌਣ ਚੱਲੇ ਆ 7-8 ਬੰਦੇ ਸੀ ਅਤੇ ਉਹ ਸਾਡੀ ਕੁੜੀ ਇੱਕ ਵਿਚਾਰੀ ਡਿੱਗ ਕੇ ਤੁਰਦੀ ਉਹ ਵੀ ਇੱਧਰ ਹੀ ਬਾਥਰੂਮ ਵੱਲ ਜਾਣ ਦੇ ਸੀ ਉਹਨੇ ਵੀ ਭੱਜ ਕੇ ਮਹਾਂ ਹੀ ਜਾਣ ਬਜਾਈ ਉਹ ਵੀ ਅੰਦਰ ਭੱਜੀ ਬੱਚੇ ਵੀ ਆ ਕੇ ਵਿਹੜੇ 'ਚ ਤੁਰੇ ਫਿਰਨ ਦੇ ਸੀ ਜੇ ਬੱਚੇ ਦੇ ਗੋਲੀ ਲੱਗ ਜਾਂਦੀ ਜੇ ਜਨਾਨੀ ਲੱਗ ਜਾਂਦੀ ਤਾਂ ਕੌਣ ਜ਼ਿੰਮੇਵਾਰ ਸੀ ਹਾਲਾਤ ਉਵੇਂ ਅੱਗੇ ਤੋਂ ਬਹੁਤ ਜ਼ਿਆਦਾ ਮਾੜੇ ਹੋ ਗਏ ਹਾਲਾਤ ਜੀ ਗੁੰਡਾਗਰਦੀ ਹੋ ਗਈ ਥਾਂ ਥਾਂ 'ਤੇ ਗੋਲੀਆਂ ਕਿੰਨੇ 4-5 ਦੇ ਪਿਸਤੌਲ ਲਈ ਫਿਰਦੇ ਸੀ ਅਜੇ ਤਾਂ 2 ਮੈਗਜ਼ੀਨ ਉਹਨਾਂ ਨੇ ਕੱਢੇ ਬਾਗਰੇ ਚਲਾਏ ਨੇ ਉਹਨਾਂ ਨੇ ਹਾਂਜੀ ਜੀ ਕੀ ਨਾਮ ਹਰਦੀਪ ਸਿੰਘ ਜੀ ਕੀ ਗੱਲਬਾਤ ਗੱਲਬਾਤ ਜੀ ਅੰਦਰ ਚਾਹ ਪੀਣ ਦੇ ਮੈਂ ਹੀ ਪ੍ਰਿੰਸ ਦੇ ਜਸ਼ਨ ਬੈਠੇ ਸੀ ਬਾਹਰੋਂ ਆਏ ਅਨੁਪਚਾਤੀ ਬੰਦੇ 7-8 ਜਣੇ ਸੀ ਆਉਂਦੇ ਵੇਲੇ ਬਾਪੂ ਨੂੰ ਧੱਕੇ ਮਾਰੇ ਕਿੱਥੇ ਵੱਡੇ ਬਲਵਾਸ਼ ਫਿਰ ਉਹਨਾਂ ਨੇ ਫਾਇਰ ਕੱਢੇ ਗੋਲੀਆਂ ਚਲਾਈਆਂ ਵਿਹੜੇ 'ਚ ਪਈਆਂ ਫਿਰ ਸਾਡੇ ਆ ਕੇ ਗਲ ਪੈ ਗਏ ਸੱਟਾਂ ਫੁੱਟਾਂ ਲਾ ਕੇ ਗੋਲੀਆਂ ਚਲਾਏ ਗਏ ਕਿਉਂ ਲੜਾਈ ਦੋ ਗੱਡੀਆਂ ਕਿਉਂ ਲੜਾਈ ਇਹ ਅੱਜ ਤੋਂ 2-3 ਮਹੀਨੇ ਪਹਿਲਾਂ ਲੜਾਈ ਹੋਈ ਸਾਡੇ ਬੰਦੇ 'ਤੇ ਗਲ ਪਏ ਸੀ ਠੱਠੀਆਂ ਲੱਗ ਕੇ ਚਲੋ ਉਦੋਂ ਕੋਈ ਗੱਲਬਾਤ ਅਸੀਂ ਉੱਦਾਂ ਠੰਡੇ ਹੋ ਕੇ ਬੈਠੇ ਸਾਡੇ ਬੰਦੇ ਨੂੰ ਉਦੋਂ ਵੀ ਇਹਨਾਂ ਨੇ ਕੁੱਟਿਆ ਬੁੜੀਆਂ ਸਾਡੀਆਂ ਵੀ ਇੱਥੇ ਵਿਚਾਰੀਆਂ ਮਹਾਂ ਵੱਜੀਆਂ ਵਾਈ ਫਾਇਰ ਕੀਤੇ ਨਾ ਸਿੱਧੀਆਂ ਗੋਲੀਆਂ ਮਾਰੀਆਂ ਹੋਵੇ ਉੱਦਾਂ ਰੌਣ ਚੱਲੇ ਆ 7-8 ਬੰਦੇ ਸੀ ਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਪ੍ਰਸ਼ਾਸਨ ਨੂੰ ਇਹ ਵੀ ਮੰਗ ਕਰਦੇ ਹਾਂ ਵੀ ਇਨਸਾਫ਼ ਦਿੱਤਾ ਜਾਵੇ ਜੀ ਇੱਦਾਂ ਗੁੰਡਾਗਰਦੀ ਬਹੁਤ ਕਰਦੇ ਮਾੜੀ ਗੱਲ ਜੇ ਬੱਚੇ ਦੇ ਗੋਲੀ ਲੱਗ ਜਾਂਦੀ ਜੇ ਜਨਾਨੀ ਲੱਗ ਜਾਂਦੀ ਤਾਂ ਕੌਣ ਜ਼ਿੰਮੇਵਾਰ ਸੀ ਸਰਕਾਰ ਜਿਵੇਂ ਬਦਲ ਚੁੱਕੀ ਹੈ ਪਰ ਹਾਲਾਤ ਇਹੋ ਜਿਹੇ ਹਾਲਾਤ ਉਵੇਂ ਅੱਗੇ ਤੋਂ ਬਹੁਤ ਜ਼ਿਆਦਾ ਮਾੜੇ ਹੋ ਗਏ ਹਾਲਾਤ ਜੀ ਗੁੰਡਾਗਰਦੀ ਹੋ ਗਈ ਥਾਂ ਥਾਂ 'ਤੇ ਗੋਲੀਆਂ ਕਿੰਨੇ 4-5 ਦੇ ਪਿਸਤੌਲ ਲਈ ਫਿਰਦੇ ਸੀ ਅਜੇ ਤਾਂ 2 ਮੈਗਜ਼ੀਨ ਉਹਨਾਂ ਨੇ ਕੱਢੇ ਬਾਗਰੇ ਚਲਾਏ ਨੇ ਉਹਨਾਂ ਨੇ ਇਨਸਾਫ਼ ਚਾਹੁੰਦੇ ਸਰ ਇਨਸਾਫ਼ ਮਿਲੇ ਸਾਨੂੰ ਹਾਂਜੀ ਭੈਣ ਜੀ ਕੀ ਨਾਮ ਸੰਦੀਪ ਕੀ ਗੱਲਬਾਤ ਭਾਜੀ ਇੱਦਾਂ ਵੀ ਅਸੀਂ ਬੈਠੇ ਸੀ ਚਾਹ ਪੀਣ ਦੇ ਸੀ ਅਤੇ ਉਹ ਆਏ ਨਸ਼ਹਿਰੇ ਵਾਲੇ ਸਿੱਧੀਆਂ ਆਣ ਕੇ ਗੋਲੀਆਂ ਮਾਰਨ ਲੱਗ ਗਏ ਅਸੀਂ ਤਾਂ ਭੱਜ ਕੇ ਵਾਹੇ ਜਾਣ ਬਜਾਈ ਅਤੇ ਉਹ ਸਾਡੀ ਕੁੜੀ ਇੱਕ ਵਿਚਾਰੀ ਡਿੱਗ ਕੇ ਤੁਰਦੀ ਉਹ ਵੀ ਇੱਧਰ ਹੀ ਬਾਥਰੂਮ ਵੱਲ ਜਾਣ ਦੇ ਸੀ ਉਹਨੇ ਵੀ ਭੱਜ ਕੇ ਮਹਾਂ ਹੀ ਜਾਣ ਬਜਾਈ ਉਹ ਵੀ ਅੰਦਰ ਭੱਜੀ ਬੱਚੇ ਵੀ ਆ ਕੇ ਵਿਹੜੇ 'ਚ ਤੁਰੇ ਫਿਰਨ ਦੇ ਸੀ ਅਸੀਂ ਮਹਾਂ ਹੀ ਜਾਣ ਬਚਾਈ ਆਪਣੀ ਭੱਜ ਕੇ ਇੱਕ ਕਾਰ ਦੇ ਲੈਣ ਦੇਣ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਵਿੱਚ ਝਗੜਾ ਹੋਇਆ ਇਹ ਤਸਦੀਕ ਜੇ ਕਰਨਾ ਬਾਕੀ ਵੀ ਉੱਥੇ ਕੋਈ ਗੋਲੀ ਚੱਲੀ ਜਾਂ ਨਹੀਂ ਚੱਲੀ ਇੱਕ ਪਾਰਟੀ ਜਿਹੜੀ ਆ ਸਰਿਆਲੀ ਹਸਪਤਾਲ ਦੇ ਵਿੱਚ ਦਾਖਲ ਹੈ ਤਰਨ ਤਾਰਨ ਦਾਖਲ ਹੈ ਪਰੰਤੂ ਅਜੇ ਦੋਵਾਂ ਪਾਰਟੀਆਂ ਨੇ ਕੱਲ੍ਹ ਦੀ ਸਟੇਟਮੈਂਟ ਰਿਕਾਰਡ ਨਹੀਂ ਕਰੇ ਜਿਸ ਸੰਬੰਧੀ ਅਸੀਂ ਰੋਜ਼ਨਾਮੇ 'ਚ ਰਿਪੋਰਟ ਪਾਈ ਹੈ ਉਹਨਾਂ ਦੀ ਸਟੇਟਮੈਂਟ ਹਾਸਲ ਕਰਕੇ ਜੋ ਲੀਗਲ ਕਾਨੂੰਨੀ ਕਾਰਵਾਈ ਬਣਦੀ ਆ ਉਹ ਅਮਲ ਦੇ ਵਿੱਚ ਲਿਆਉਂਦੇ ਹਾਂ